ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ ਆ ਜੀ। ਪਾਕਿਸਤਾਨ ਦੀ ਆਵਾਮ ਦਾ ਪੈਗਾਮ ਆ ਜੀ, ਅਪੀਲ ਆ ਹਕੂਮਤ ਨੂੰ ਕਿ ਜਿੱਦਾਂ ਵੀ ਹੈ ਜੀ, ਕੋਸ਼ਿਸ਼ ਕਰੋ ਡੈਮ ਬਣਾਉਣ ਦੀ। ਪੂਰੇ ਮੁਲਕ ਤੁਹਾਡੀ ਮੁਖਾਲਫਤ 'ਤੇ ਸੀ, ਤੁਸੀਂ ਉਹਨਾਂ ਦੀ ਮੁਖਾਲਫਤ ਦੇ ਬਾਵਜੂਦ ਤੁਸੀਂ ਐਟਮ ਬੰਬ ਬਣਾ ਲਿਆ ਅਤੇ ਚੰਦ ਕੌਮਾਂ ਚੰਦ ਲੋਕ ਜਿਹੜੇ ਬੇਗੈਰਤੀ ਦੇ ਉਤਰੇ ਹੋਏ ਆ, ਤੁਸੀਂ ਉਹਨਾਂ ਦੇ ਮੁਖਾਲਫਤ ਦੇ ਵਿੱਚ ਐਟਮ ਬੰਬ ਨਹੀਂ ਬਣਾ ਸਕਦੇ। ਤੁਸੀਂ ਆਪ ਛੋਲੇ ਖਾ ਕੇ ਬੇਗੈਰਤੀ ਤੋਂ ਬਾਅਦ ਆ ਜਾਓ, ਠੀਕ ਹੈ। ਬਗੈਰਤੀ ਤੁਸੀਂ ਆਪ ਨਾ ਕਰੋ, ਤੁਸੀਂ ਚਾਹੋ ਕੀ ਨਹੀਂ ਕਰ ਸਕਦੇ। ਪਾਕਿਸਤਾਨ ਪਾਕਿਸਤਾਨ ਦੇ ਤੁਸੀਂ ਇਸ ਟਾਈਮ ਮਾਲਿਕ ਹੋ, ਤੁਸੀਂ ਹਕੂਮਤ ਹੋ ਪਾਕਿਸਤਾਨ ਦੀ। ਤੁਸੀਂ ਪਾਕਿਸਤਾਨ ਦੇ ਇਹਨਾਂ ਦੇ ਲੋਕਾਂ ਨੂੰ ਇੱਦਾਂ ਜਿਹਾ ਬਦਮਾਸ਼ਾਂ ਦੇ ਲੰਮੇ ਪਾ ਕੇ ਛਿੱਤਰ ਨਹੀਂ ਮਾਰ ਸਕਦੇ। ਤੁਸੀਂ ਆਪ ਕਰਨਾ ਚਾਹੋ ਨਹੀਂ ਕਰਾ ਸਕਦੇ। ਕੀ ਗੱਲ, ਸਾਡੀ ਅਪੀਲ ਆ ਪਾਕਿਸਤਾਨ ਦੀ, ਪਾਕਿਸਤਾਨ ਲੋਕਾਂ ਦੀ ਵੀ, 25 ਕਰੋੜ ਆਵਾਮ ਦੀ ਆਵਾਜ਼ ਆ ਹਕੂਮਤ ਨੂੰ ਕਿ ਛੋਲੇ ਖਾ ਕੇ ਬੰਦੇ ਦੇ ਪੁੱਤਰ ਬਣ ਜਾਓ, ਖੱਟਾ ਪਾ ਕੇ ਬਣਾ ਲਓ ਤੁਸੀਂ ਫਟਾਫਟ ਡੈਮ, ਬਜਾਏ ਇਸਦੇ ਕਿ ਤੁਸੀਂ ਇੰਨੇ ਲੋਕਾਂ ਦੀ ਜਾਨ ਲਵੋ। ਇਹ ਸਾਰੇ ਇਲਜ਼ਾਮ ਤੁਹਾਡੇ ਲੱਗਣੇ ਆ, ਇਹ ਤੁਹਾਡਾ ਕਰਕੇ ਆਵਾਮ ਨੂੰ ਜਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ, ਤੁਹਾਡੇ ਕਰਕੇ ਕਰਨਾ ਪੈਣਾ।